लुधियाना यूथ अकाली दल के प्रधान गुरदीप सिंह गोशा की तरफ से लोक इंसाफ पार्टी के एमएलए सिमरजीत सिंह बैंस ब्रदर्स पर किसान की जमीन पर कब्जा करने का आरोप लगाते हुए कहा, बैंस ब्रदर्स किसान की जमीन को बंजर बना दिया है ताकि वो जमीन पर कब्जा कर सके। जमीन के मालिक का कहना है, उन्होंने कई बार बैंस ब्रदर्स से बातचीत करने की कोशिश की पर कोई सुनवाई नहीं हुई। जमीन का मालिक जब भी जमीन के बेचने के लिए ग्राहक लेकर आता है तो बैंस ब्रदर्स उस ग्राहक से धमकाते और बोलते कि जमीन हमारी खरीदी हुई है। ਜਿਹੜਾ ਆਪਣੇ ਆਪ ਨੂੰ ਬੜਾ ਇਮਾਨਦਾਰ ਤੇ ਕ੍ਰਾਂਤੀਕਾਰੀ ਨੇਤਾ ਕਹਿੰਦਾ, ਜਿਹੜਾ ਕਹਿੰਦਾ ਵੀ ਕ੍ਰਾਂਤੀ ਅਸੀਂ ਸ਼ੁਰੂ ਕੀਤੀ, ਇਮਾਨਦਾਰ ਅਸੀਂ ਸ਼ੁਰੂ ਕੀਤੀ, ਉਹਦੀ ਕ੍ਰਾਂਤੀ, ਉਹਦੀ ਚਿੱਟੀ ਚਾਦਰ ਦਿਖਾਉਣ ਵਾਸਤੇ ਅੱਜ ਗਿੱਲ ਪਿੰਡ ਦੇ ਵਿੱਚ ਆਇਆ। ਉਹਦੀ ਫੈਕਟਰੀ ਨਾਲ ਆ, ਨਾਲ ਸਾਹਮਣੇ ਫੈਕਟਰੀ ਆ, ਫੈਕਟਰੀ ਦੇ ਨਾਲ ਜਿੰਨਾ ਫੈਕਟਰੀ ਦਾ ਜਿਹੜਾ ਢਲਾਈ ਦਾ ਜਿਹੜਾ ਗੰਦ ਨਿਕਲਦਾ, ਕਾਲਕ ਜਿਹੜਾ ਕੈਮੀਕਲ ਆ, ਇਹਨਾਂ ਦੇ ਖੇਤਾਂ 'ਚ ਸਿੱਧਾ ਸਾਰੀ ਹਰਿਆਲੀ ਖਤਮ ਕਰਦੀ। ਪਹਿਲੀ ਗੱਲ, ਇਸ ਜ਼ਮੀਨ ਹਰਿਆਲੀ ਦੇ ਵਿੱਚ ਜਿਹੜਾ ਕਿਸਾਨ ਇਥਾਇਸ਼ੀ ਕਹਿੰਦਾ ਆਪਣੇ ਆਪ ਨੂੰ, ਜ਼ਮੀਨ ਦੇ ਵਿੱਚ ਜ਼ਹਿਰ ਖੋਲਿਆ ਜਾ ਰਿਹਾ ਅਤੇ ਨਾਲ ਸੀਵਰੇਜ ਦਾ ਪਾਣੀ ਸੁੱਟਿਆ ਜਾ ਰਿਹਾ, ਉਹਦੀ ਨੀਅਤ ਅਤੇ ਨੀਤੀ ਦੱਸ ਰਿਹਾ, ਉਹਦੀ ਨੀਅਤ ਅਤੇ ਨੀਤੀ ਕੀ ਹੈ, ਉਹ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ, ਉਹਨੂੰ ਕੋਟੀਆਂ ਦੇ ਭਾਅ ਲੈਣਾ ਚਾਹੁੰਦਾ ਇਸ ਜਗ੍ਹਾ ਨੂੰ, ਜਿਹੜੀ ਕਰੋੜਾਂ ਰੁਪਏ ਦੀ ਜਗ੍ਹਾ। ਇੱਕ ਗਰੀਬ ਕਿਸਾਨ ਵਿਚਾਰਾ, ਮਿਹਨਤ ਕਸ਼ ਲੋਕ ਜਿਹੜੀ ਆਪਣੀ ਜਗ੍ਹਾ ਨੂੰ ਵੰਧੇ ਆ, ਉਹ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। 2 ਸਾਲ ਤੋਂ ਲਗਾਤਾਰ ਮਿੰਨਤਾਂ ਕਰਕੇ ਥੱਕ ਗਏ। ਅੱਜ ਲੋਕਾਂ ਨੇ ਜਦੋਂ ਸਾਨੂੰ ਦੱਸਿਆ ਅਤੇ ਉਹਨਾਂ ਨੇ ਸਾਡੇ ਸਹਿਯੋਗ ਮੰਗਿਆ, ਅਤੇ ਮੈਂ ਆਪਣੇ ਵੱਲੋਂ ਪੂਰੀ ਆਪਣੀ ਟੀਮ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਸੰਘਰਸ਼ ਜਾਰੀ ਰਹੇਗਾ ਜਦ ਤੱਕ ਇਹ ਕੰਮ ਠੀਕ ਨਹੀਂ ਹੁੰਦਾ। ਸਾਡਾ ਸੰਘਰਸ਼ ਜਾਰੀ ਰਹੇਗਾ, ਅਸੀਂ 1 ਹਫ਼ਤੇ ਦਾ ਅਲਟੀਮੇਟ ਦਿੰਦੇ ਬੈਂਸ ਨੂੰ ਵੀ ਇੱਥੋਂ ਆਪਣਾ ਕਬਜ਼ਾ ਜਿਹੜਾ ਕਰਨ ਦੀ ਨੀਅਤ ਨਾਲ ਜਿਹੜਾ ਡਰਾਮਾ ਕੇਜ ਤੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਖਤਮ ਕਰੇ, ਅਤੇ ਜਿਹੜਾ ਵਿਚਾਰੇ ਗਰੀਬ ਭੋਲੇ ਭਾਲੇ ਕਿਸਾਨ ਦੀ ਹਰਿਆਲੀ ਨੂੰ ਖਤਮ ਕੀਤੀ ਆ, ਉਹ ਤੁਸੀਂ ਤਾਂ ਕਹਿੰਦੇ ਵੀ ਅਸੀਂ ਰੱਬ ਤੋਂ ਡਰਦੇ ਹਾਂ, ਕਿਸੇ ਤੋਂ ਡਰਦੇ ਨਹੀਂ, ਅਤੇ ਰੱਬ ਤੋਂ ਡਰਨ ਵਾਲਾ ਕੰਮ ਹੈ। ਕੁਦਰਤ ਨੂੰ ਤੁਸੀਂ ਮਾਰ ਰਹੇ ਹੋ ਅਤੇ ਨਾਲ ਨਾਲ ਇੱਕ ਕਿਸਾਨ ਨੂੰ ਮਾਰੇ, ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਚਰਨਜੀਤ ਸਿੰਘ, ਪਿੰਡ ਲੱਥੂ ਬਣੇ, ਅਤੇ ਇਹ ਆਪਣੇ ਪੁਰਾਣੇ ਬਜ਼ੁਰਗਾਂ ਦੀ ਜ਼ਮੀਨ ਆ, ਸਾਡੇ ਦਾਦੇ ਉਹਨਾਂ ਦੀ, ਅਤੇ 3 ਸਾਲ ਤੋਂ ਪਹਿਲਾਂ ਅਸੀਂ ਕਣਕ ਬੀਜਦੇ ਸੀਗੇ, 1 ਸਾਲ ਠੇਕੇ 'ਤੇ ਦਿੱਤੀ ਨਹੀਂ, 3 ਸਾਲ ਤੋਂ ਫਿਰ ਸਾਡੇ ਨਾਲ ਧੱਕੇ ਨਾਲ ਸਮਾਨ ਸਿੱਟਣ ਲੱਗ ਗਏ। ਜੇ ਅਸੀਂ ਆਉਂਦੇ ਹਾਂ ਕਹਿੰਦੇ ਅਸੀਂ ਬੰਦ ਕਰਦੇ ਹਾਂ, ਸਿੱਟਦੇ ਨਹੀਂ ਅੱਜ ਤੋਂ, ਉਦੋਂ ਬਾਅਦ ਕੰਮ ਉਵੇਂ ਚੱਲਦਾ। ਹੁਣ ਅਸੀਂ ਜੇ ਕੋਈ ਗਾਹਕ ਆਉਂਦਾ ਲੈ ਕੇ ਉਹਨੇ ਵੇਚਣ ਵਾਸਤੇ ਤਾਂ ਕਹਿੰਦੇ ਸਾਡੀ ਖਰੀਦੀ ਹੋਈ ਆ। ਇਹ ਬੈਂਸ ਉਹਨਾਂ ਦਾ ਤੀਜਾ ਭਾਈ ਜਿਹੜਾ ਪਰਮਜੀਤ ਇੱਥੇ ਹੁੰਦਾ ਜਿਹੜਾ, ਹਾਂਜੀ, ਇਹ 3 ਸਾਲ ਹੋ ਗਏ ਜੀ। ਹਾਂਜੀ, ਅਸੀਂ ਚਾਹੁੰਦੇ ਸਾਡੀ ਜ਼ਮੀਨ ਸਾਫ਼ ਹੋਣੀ ਚਾਹੀਦੀ ਆ, ਜਾਂ ਫਿਰ ਅਸੀਂ ਇਹਨਾਂ ਦੀ ਢਾਹ ਦਿੰਦੇ ਹਾਂ, ਨਾਲ ਕੁਝ ਕਰ ਦਿੰਦੇ ਹਾਂ। ਕਰਮਜੀਤ ਸਿੰਘ, ਪਿੰਡ ਭੈਣੀ ਨੱਥੂ, ਨੇੜੇ ਕੂਮ ਕਲਾਂ, ਉੱਥੋਂ ਦੇ ਰਹਿਣ ਵਾਲੇ ਹਾਂ ਅਸੀਂ। ਇਹ ਸਾਡੀ ਪਛਤਾਈ ਨਹੀਂ ਯਾਦ ਆਉਂਦਾ ਜੀ, ਪੁਰਾਣਾ ਸਾਡਾ ਪਿੰਡ ਗੈਲ ਹੀ ਆ, ਇੱਥੋਂ ਹੀ ਗਏ ਹੋਏ ਹਾਂ ਅਸੀਂ, ਉੱਥੇ ਤਾਂ ਬਾਅਦ ਦੇ ਵਿੱਚ ਗਏ। ਮਾਮਲਾ ਤਾਂ ਇਹੀ ਹੈ ਜੀ ਵੀ ਇਹ ਜ਼ਮੀਨ ਨੂੰ ਤੰਗ ਕਰਕੇ ਘੱਟ ਰੇਟ 'ਚ ਖਰੀਦਣਾ ਬਸ, ਜਾਂ ਕਿਸੇ ਦੀ ਜਾਇਦਾਦ ਨੂੰ ਵੈਸੇ ਵਰਤਣਾ ਹੋਣਾ, ਆਹੀ ਵੇਸਟੇਜ ਆਪਦੀ ਤਾਂ ਕਿਤੇ ਸਿੱਟਣ ਨੂੰ ਜਗ੍ਹਾ ਹੀ ਨਹੀਂ ਹੋਣੀ ਇਹਨਾਂ ਕੋਲ। ਹੁਣ ਕਿਸੇ ਨੂੰ ਪਾਉਣੇ 2 ਕਿੱਲੇ ਜਗ੍ਹਾ ਮਿਲ ਜਾਵੇ ਵੇਸਟੇਜ ਸਿੱਟਣ ਵਾਸਤੇ, ਤੂੰ ਸ਼ਹਿਰ 'ਚ ਹੀ ਦੇਖ ਲਓ, ਕੋਈ ਕਰੋੜਾ ਨਹੀਂ ਸਿੱਟਣ ਦਿੰਦਾ ਕਿਸੇ। ਬਹੁਤ ਵਾਰੀ ਮਿਲੇ, 1 ਵਾਰ ਨਹੀਂ, ਉਸ ਵੇਲੇ ਤਾਂ ਨੌਕਰਾਂ ਨੂੰ ਸੱਦਦੇ ਆ, ਉਹਨਾਂ ਨੂੰ ਘੂਰ ਦਿੰਦੇ ਨੇ, ਬਸ ਜੀ ਇੱਥੇ ਪਾਣੀ ਨਹੀਂ ਛੱਡਣਾ, ਇੱਥੇ ਕੋਈ ਗੱਲ ਨਹੀਂ ਕਰਨੀ। ਉਹ ਤੋਂ ਬਾਅਦ ਉਹੀ ਅਸੀਂ ਹੁਣ 2-2, 3-3 ਮਹੀਨੇ ਆਪ ਨਹੀਂ ਹੁੰਦਾ, ਨਹੀਂ ਪ੍ਰਸ਼ਾਸਨ ਕੋਲ ਗਏ ਅਸੀਂ। ਕੰਮ ਤਾਂ 3 ਕੁ ਸਾਲ ਤਾਂ ਘੱਟ ਤੋਂ ਘੱਟ ਹੋ ਹੀ ਗਿਆ ਇਹਨੂੰ, ਯਾਨੀ ਉਦੋਂ ਥੋੜ੍ਹੀ ਸੀ ਆ, ਹੁਣ ਬਹੁਤ ਜ਼ਿਆਦਾ, ਤਾਂ ਹੀ ਸਾਨੂੰ ਹਾਈਲਾਈਟ ਕਰਨਾ ਪਿਆ ਨਾ। ਹੁਣ ਤਾਂ ਜਦੋਂ ਆ ਕੇ ਦੇਖਿਆ ਟਰਾਲੀ ਵਿੱਚ ਖੜੀ ਆ, 3-4 ਦਿਨ ਤਾਂ ਸਾਨੂੰ ਲਗਾਤਾਰ ਆਉਂਦਿਆਂ ਨੂੰ ਹੋ ਗਏ, ਇਹਨਾਂ ਨੂੰ ਕਹਿੰਦੇ ਨੇ ਵੀ ਆਹ ਟਰਾਲੀ ਪਰੇ ਕਰੋ, ਆਹ ਤੁਸੀਂ ਕੀ ਕਰਦੇ ਹੋ, ਟਰਾਲੀ ਉਸ ਦੀ ਉਵੇਂ ਖੜੀ ਆ।